ਦੇਖੋ ਜੋ ਕੋਟ ਬਾਲਟੀ ਭਰ ਲੋ ਇੱਥੇ ਬਾਲਟੀ ਭਰ ਲੋ ਭਿਆਨਕ ਅੱਗ ਦੀਆਂ ਇਹ ਤਸਵੀਰਾਂ ਇੱਕ ਮੰਦਿਰ ਦੀਆਂ ਨੇ ਜਿੱਥੇ ਪਹਿਲਾਂ ਤਾਂ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਬਾਅਦ ਵਿੱਚ ਇਸ ਮੰਦਿਰ ਦੇ ਅੰਦਰ ਅੱਗ ਲੱਗ ਜਾਂਦੀ ਹੈ। ਧਮਾਕੇ ਦੀ ਆਵਾਜ਼ ਸੁਣ ਲੋਕ ਵੀ ਬਾਹਰ ਆ ਜਾਂਦੇ ਨੇ ਤੇ ਜਦੋਂ ਦੇਖਦੇ ਨੇ ਤਾਂ ਮੰਦਿਰ ਦੇ ਅੰਦਰੋਂ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਉੱਠ ਰਹੀਆਂ ਹੁੰਦੀਆਂ ਨੇ। ਲੋਕਾਂ ਦੇ ਵੱਲੋਂ ਤੁਰੰਤ ਹੀ ਬਾਲਟੀਆਂ ਲੈ ਕੇ ਪਾਣੀ ਭਰ ਭਰ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਜਾਂਦਾ ਹੈ, ਪਰ ਇਹ ਮੰਦਿਰ ਇੱਕ ਤੰਗ ਗਲੀ ਦੇ ਅੰਦਰ ਬਣਿਆ ਹੋਇਆ ਹੈ, ਜਿਸ ਕਰਕੇ ਫਾਇਰ ਬ੍ਰਿਗੇਡ ਅੰਦਰ ਨਹੀਂ ਆ ਸਕੀ ਅਤੇ ਲੋਕਾਂ ਦੇ ਵੱਲੋਂ ਹੀ ਪਾਣੀ ਪਾ ਕੇ ਇਸ ਅੱਗ ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਇੱਥੇ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਜਿਸ ਮੰਦਿਰ ਦੇ ਵਿੱਚ ਸਭ ਕੁਝ ਸੜ ਕੇ ਸਵਾਹ ਹੋ ਗਿਆ ਤਾਂ ਉੱਥੋਂ ਮੂਰਤੀ ਜਿਹੜੀ ਮੰਦਿਰ ਦੇ ਅੰਦਰ ਪਈ ਸੀ ਉਹ ਬਿਲਕੁਲ ਸਹੀ ਸਲਾਮਤ ਸੀ। ਇਸ ਮੂਰਤੀ ਨੂੰ ਅੱਗ ਛੂ ਵੀ ਨਹੀਂ ਸਕੀ, ਜਿਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ। ਦੱਸਦੇ ਕਿ ਗੁਰਦਾਸਪੁਰ ਸ਼ਹਿਰ ਦੇ ਦੁਰਾਂਗਲਾ ਦੇ ਮੇਨ ਬਾਜ਼ਾਰ ਦੇ ਵਿੱਚ ਇਹ ਮੰਦਿਰ ਹੈ, ਜੋ ਕਿ ਜੰਡਿਆਲ ਮਹਾਜਨ ਭਾਈਚਾਰੇ ਦੇ ਧਾਰਮਿਕ ਸਥਾਨ ਹੈ। ਬਾਬਾ ਸਹਿਜਨਾਥ ਦਾ ਇਹ ਮੰਦਿਰ ਹੈ ਜਿਸ ਦੇ ਅੰਦਰ ਅੱਗ ਲੱਗੀ। ਪੁਜਾਰੀ ਰੋਟੀ ਖਾਣ ਦੇ ਲਈ ਗਿਆ ਹੋਇਆ ਸੀ, ਪਿੱਛੋਂ ਹੀ ਇੱਕ ਧਮਾਕੇ ਦੀ ਆਵਾਜ਼ ਆਉਂਦੀ ਹੈ। ਲੋਕ ਡਰਦੇ ਹੋਏ ਬਾਹਰ ਨਿਕਲਦੇ ਨੇ ਤਾਂ ਦੇਖਦੇ ਨੇ ਕਿ ਮੰਦਿਰ ਦੇ ਅੰਦਰੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਨੇ, ਜਿਸ ਨੂੰ ਦੇਖ ਕੇ ਲੋਕ ਡਰ ਜਾਂਦੇ ਨੇ, ਸਹਿਮ ਜਾਂਦੇ ਨੇ ਤੇ ਫਿਰ ਗਲੀ ਦੇ ਲੋਕ ਹੀ ਇਸ ਅੱਗ ਤੇ ਕੜੀ ਮੁਸ਼ਕਲ ਦੇ ਨਾਲ ਕਾਬੂ ਪਾਉਂਦੇ ਨੇ। ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਮੰਦਿਰ ਦੇ ਅੰਦਰ ਸੁੱਟੀਆਂ ਜਾਂਦੀਆਂ ਨੇ, ਪਰ ਅੱਗ ਬੁਝਾਉਣ ਤੱਕ ਵੀ ਮੰਦਿਰ ਦੇ ਅੰਦਰ ਪਿਆ ਸਾਰਾ ਸਮਾਨ ਸੜ ਚੁੱਕਿਆ ਸੀ। ਮੰਦਿਰ ਦੀਆਂ ਕੰਧਾਂ ਸਭ ਕਾਲੀਆਂ ਹੋ ਚੁੱਕੀਆਂ ਸਨ, ਸਭ ਕੁਛ ਸਵਾਹ ਹੋ ਗਿਆ ਸੀ, ਪਰ ਸਿਰਫ ਮੂਰਤੀ ਜੋ ਇਸ ਮੰਦਿਰ ਦੇ ਅੰਦਰ ਪਈ ਸੀ ਉਹੀ ਸਹੀ ਸਲਾਮਤ ਨਿਕਲੀ ਹੈ, ਜਿਸ ਤੋਂ ਬਾਅਦ ਭਗਤਾਂ ਦੀ ਆਸਥਾ ਹੋਰ ਵੀ ਵੱਧ ਗਈ ਹੈ। ਇੱਥੇ ਵੀ ਦੱਸਿਆ ਜਾ ਰਿਹਾ ਕਿ ਇਸ ਮੰਦਿਰ ਦੀ ਮਾਨਤਾ ਬਹੁਤ ਦੂਰ ਦੂਰ ਤੱਕ ਹੈ। ਦੇਸ਼ਾਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਮਹਾਜਨ ਬਿਰਾਦਰੀ ਦੇ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ। ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਸੜੇ ਹੋਏ ਮੰਦਿਰ ਦੇ ਵਿੱਚ ਉਹ ਮੂਰਤੀ ਦਾ ਸਹੀ ਸਲਾਮਤ ਨਿਕਲਣਾ ਇੱਕ ਵੱਡਾ ਚਮਤਕਾਰ ਮੰਨਿਆ ਜਾ ਰਿਹਾ ਹੈ। ਸੋਖ ਮਾਰਾ, ਮੈਂ ਬਾਬੇ ਸਹਿਜਨਾਥ ਦਾ ਮਤਲਬ ਪੁਜਾਰੀ ਆ। ਮੈਂ ਘਰ ਗਿਆ ਸੀ, ਸਬਜ਼ੀ ਮੈਂ ਧਰੀ ਆ ਤੇ ਮੈਨੂੰ ਚੱਕਦਮ ਬਲਾਸ ਹੋਇਆ ਤੇ ਮੈਂ ਦੌੜਿਆ ਤੇ ਸਾਹਮਣੇ ਵਾਲਾ ਗੁਆਂਢੀ ਵਾਲਾ ਪੈਪ ਲਈ ਆ, ਮੁੜ ਕੇ ਸਾਰਿਆਂ ਨੂੰ ਫੋਨ ਕੀਤਾ, ਮਿੰਟ ਨੂੰ ਸਾਰੇ ਹੈਲਪ ਬਹੁਤ ਜ਼ਿਆਦਾ ਕੀਤੀ ਆ, ਜਿਹਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛ ਨਹੀਂ ਆ, ਬਾਕੀ ਸਾਰਾ ਨੁਕਸਾਨ ਹੋ ਗਿਆ, ਬਾਕੀ ਸਭ ਵਿਚਾਰ ਆ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਸੰਗਤ ਦਾ ਤੇ ਬਹੁਤ ਬਹੁਤ ਸਨਮਾਨ। ਬਲਾਸਟ ਕਿਸ ਚੀਜ਼ ਦਾ? ਇਹ ਪਤਾ ਨਹੀਂ, ਏਸੀ ਤੋਂ ਪਹਿਲੇ ਪੱਦੋਂ ਵਾਗ ਜੱਕ ਨੇ ਬਲਾਸਟ ਪਤਾ ਲੱਗਿਆ ਕਿਹੜਾ, ਜੱਕ ਤਾਂ ਮੈਂ ਫਰੈਸ਼ ਹੋਇਆ ਤੇ ਮੈਂ ਅੰਦਰ ਦੌੜ ਆਇਆ, ਬਸ ਆਣ ਕੇ ਮੈਂ ਪੈਪ ਮਿੰਟੋ ਲਈ ਆ ਤੇ ਪਤਾ ਚੱਲਿਆ ਕੀ ਆ, ਸਾਰੇ ਵਿਚਾਰੇ ਫੋਨ ਫਾਨ ਸਾਰੇ ਕੀਤਾ ਤੇ ਮਿੰਟੋ ਸਾਰੇ ਸਾਰੇ ਸਹਿਯੋਗ ਨਾਲ ਅੱਗ ਬੁਝ ਗਈ ਆ। ਅਗਲੇ ਬਾਬਾ ਸਾਹਿਬਾਂ ਦੇ ਮੰਦਿਰ ਬਹੁਤ ਹੀ ਜ਼ਿਆਦਾ ਅੱਗ ਲੱਗੀ ਆ, ਸਾਨੂੰ ਪਤਾ ਲੱਗਾ, ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂਗਲੇ ਇਕੱਠੇ ਹੋ ਗਏ ਆ। ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ, ਸਾਡੇ ਮਹੱਲੇ ਨੇ ਪੂਰੇ ਆਸੇ ਪਾਸੇ ਗੁਆਂਢੀਆਂ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ। ਜਿੰਨੀ ਦਿਨ ਫਾਇਰ ਬ੍ਰਿਗੇਡ ਆਈ ਆ ਅੱਗ ਭਾਜੀ ਬੁਝ ਚੁੱਕੀ ਸੀ। ਬਾਬੇ ਜੀ ਦੀ ਇੰਨੀ ਸ਼ਕਤੀ ਆ, ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਆਂਚ ਨਹੀਂ ਆਈ, ਮੰਦਰ ਸਾਰਾ ਤਹਿਸ ਨਹਿਸ ਹੋ ਗਿਆ ਵਾ, ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਂਚ ਨਹੀਂ ਆਈ। ਬਾਬਾ ਜੀ ਦੀ ਬਹੁਤ ਹੀ ਕਿਰਪਾ ਭਾਜੀ ਮੰਦਰ ਤੇ, ਬਹੁਤ ਹੀ ਧੰਨਵਾਦ ਬਾਬਾ ਜੀ ਦਾ। ਮੈਂ ਵਰਿੰਦਰ ਕੁਮਾਰ ਸਰਪੰਚ ਦਰਾਂਗਲੇ ਦਾ, ਆ ਲੱਗਾ ਬਾਬਾ ਸਹਿਲਾ ਦੇ ਮੰਦਰ ਅੱਗ ਲੱਗੀ ਹੈ ਤੇ ਪਹੁੰਚੇ ਆਣ ਕੇ ਤੇ ਪਵਨ ਲੱਗੀ ਸੀ, ਸ਼ਹਿਰ ਦੇ ਲੋਕ ਲੱਗੇ ਸੀ, ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਨੂੰ ਬੁਝਾਏ ਕਰਦੇ, ਅੱਗ ਵਿਗੜੀ ਲੱਗੀ ਸੀ। ਅੱਗ ਲੱਗਦਿਆਂ ਲੱਗਦਿਆਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਮੈਨੂੰ ਮੇਰਾ 7-8 ਲੱਖ ਰੁਪਏ ਨੁਕਸਾਨ ਹੋਇਆ। ਚਲੋ ਨੁਕਸਾਨ ਤਾਂ ਸਾਰੇ ਪੂਰਤੀਆਂ ਹੋਈ ਦੀਆਂ, ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਸਾਹਿਬ ਦੀ ਮੂਰਤੀ ਸੀ ਉਹਨੂੰ ਕੋਈ ਆਚ ਨਹੀਂ ਆਈ, ਇੰਨਾ ਕੁ
ਪ੍ਰਾਚੀਨ ਮੰਦਿਰ ਆ, ਉਹਨਾਂ ਨੇ ਆਪਣੇ ਤੇ ਸੁੱਟ ਲਿਆ। ਅਸੀਂ ਇਹ ਬੜੇ ਹੈਰਾਨ ਆ ਕਿ ਇੰਨੀ ਅੱਗ ਬਲਦਿਆਂ ਬਾਵਜੂਦ ਵੀ ਤੇ ਮੂਰਤੀ ਨੂੰ ਕੁਛ ਨਹੀਂ ਹੋਇਆ। ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ, ਸਾਰੇ ਬਾਪੂ ਆਪਣੇ ਬਾਬਾ ਸਾਹਿਬ ਨਾਥ ਦੇ ਮੰਦਰ 'ਚ ਬੈਠੇ ਨੇ ਅਤੇ ਬੜਾ ਦੁੱਖ ਲੱਗਾ। ਬੜੀ ਬੜੀ ਦੂਰੋਂ ਸੰਗਤ ਆਉਂਦੀ ਹੈ, ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ, ਦਿੱਲੀ ਤੋਂ ਲੈ ਕੇ, ਬੰਬੇ ਤੋਂ ਲੈ ਕੇ, ਪਠਾਨਕੋਟ, ਗੁਰਦਾਸਪੁਰ, ਸਾਰੇ ਜਣੇ ਸ਼ਾਖਾ ਬੈਠੀ ਦੀਆਂ ਅਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਸੰਗਤ ਇਕੱਠੀ ਹੁੰਦੀ ਹੈ।